ਇੱਧਰ ਖਾਜ ਬਹੁਤ ਹੁੰਦੀ ਇਹਦੇ ਕੋਲ। ਕਿਆ ਹੋ ਗਿਆ? ਤੇਲ ਲਾਇਆ ਕਰ। ਤੇਲ ਲਾਇਆ ਬਹੁਤ ਖਾਜ ਹੁੰਦੀ ਇਹਦੇ ਕੋਲ। ਚਲੋ ਕਰੀਓ ਚੱਲ। ਊਂ ਤਾਂ ਸਾਫ ਹੋ ਗਿਆ। ਕੋਈ ਮਸ਼ੀਨ ਜੀ ਚਾਹੀਦੀ ਆ ਜਿਹੜੀ ਲੱਗੀ ਰਹੇ ਉਰੇ। ਪੂਰੀ ਬਾਈ ਸਰਵਾ ਕਰਨ ਆਇਆ ਮੀਂਹ ਤੇ ਬਾਦਮਾ ਕਹਿੰਦੇ ਜੱਗੇ ਦੀ ਪਨੀਰ ਜਾਂ। ਹਾਂ ਓਕੇ ਆ। ਹਾਂ ਸਵਾ ਸੰਤੋਖ ਹੈ ਨੀ ਬਾਈ, ਪਨੀਰੀ ਦੇਖੇ ਬਿਨਾਂ ਜੀ ਨਹੀਂ ਲੱਗਦਾ। ਹਾਂ ਕਿੰਨਾ ਝਾੜ ਲੈਣਾ? ਝਾੜ ਤਾਂ ਮਹਾਰਾਜ ਨੇ ਦੇਣਾ, ਜੋ ਕਿਸਮਤ ਚ ਹੋਇਆ ਉਹ ਤਾਂ ਆ ਜਾਣਾ। ਹਾਂ ਬਸ ਫੇਰ ਤਾਂ ਕੁੱਤੇ ਭਜਾਉਣੇ ਨੂੰ ਬੈਠਾ। ਬਾ ਠੀਕ ਆ, ਮੈਂ ਦੱਸਿਆ ਬਈ ਉਰੇ ਕੈਮਰੇ ਬਾਈ ਪੂਰੇ ਸੀਸੀਟੀ जग्गा बैठा गड्डी च। जग्गा कहना दस के स्प्रे कराउणा है, फांड भुल जांदा। पूरी सच्ची गल कहना दस के स्प्रे कराउणा है। पूरी तुर पूरी तुरदा कद नहीं हैगा। ਕਿੰਨੀਆਂ ਸਪਰੇਆਂ ਹੁਣ ਸਿਰੇ ਦੀ ਕਰਦੀ? ਕੋਈ ਵੀ ਕੁਛ ਹੋ ਬਣ ਜਾਵੇ। ਹੈ ਬਣ ਜਾਣਾ ਬਣ ਜਾਣਾ। ਪੂਰੀ ਐਨ ਨਣਾਉਣੀ ਹੈ ਪੂਰਾ। ਜੜ ਲੱਭ ਕੇ ਹਟਣੀ ਹੈ। ਆਹੀ ਪੰਪ ਹੈ। ਆ ਜਾ ਕੇ ਸੁੰਡੀ ਫੜ ਕੇ ਕੱਢਣੀ ਅੱਗੇ। ਪੂਰੀ ਬਾਈ ਸੁੰਡੀ ਦੇ ਮਗਰ ਪੈ ਗਿਆ। ਕਹਿੰਦਾ ਜਾਂ ਸੁੰਡੀ ਰਹੂਗੀ ਜਾਂ ਮੈਂ ਹੀ ਆ। ਅੜ ਗਿਆ ਕੰਮ ਇਹਨਾਂ ਦਾ। ਅੱਜ ਦੋ ਦਵਾਈਆਂ ਲਿਆ ਘੋਲ ਕੇ। ਇੱਕ ਦੇਖਿਆ ਬਾਈ ਮੈਂ ਜਿਹੜਾ ਦਾ ਹੈਗਾ ਦੂਆ ਬਾਜਰਾ। ਉਹ ਇਹਦਾ ਨਜ਼ਾਰਾ ਨਿਊਟਰੀਫੀਡ। ਨਿਊਟਰੀਫੀਡ ਜੀ ਐਡਵਾਂਟ ਵਾਲਾ। ਨਾ ਕੋਈ ਸੁੰਡੀ ਨੇੜੇ ਨੂੰ ਆਵੇ, ਨਾ ਕੋਈ ਕੀੜਾ, ਨਾ ਤੇਲਾ। ਇਹਦੇ ਕੋਲ ਫੜ ਕੇ ਚੜਾ ਦੇ ਤਾਂ ਵੀ ਨਹੀਂ ਚੜਦਾ। ਚਰੀ ਦਾ ਬਸ ਐਂ ਕਹਿੰਦੇ ਵੀ ਪੰਪ ਲੈ ਕੇ ਬੈਠਾ ਹੀ ਰਿਹਾ ਮੇਰੇ ਕੋਲ। ਬਾਕੀ ਚੱਲੇ ਬਾਈ ਜੱਗੇ ਦਾ ਗੰਨਾ ਦੇਖਣ। ਪ੍ਰੋਡਕਟ ਇਹਨੇ ਸੋਹਣੇ ਪਾਏ ਆ, ਵੀ ਉਹ ਹੋਇਆ ਵੀ ਹੈਗਾ, ਕੋਈ ਬਿਮਾਰੀ ਉਹ ਤਾਂ ਨਹੀਂ ਚਿਮੜ ਗਈ। ਕਾਫੀ ਦਿਨ ਹੋ ਕੇ ਗਿਆ ਇਹਨੂੰ। 15 ਦਿਨ ਹੋ ਚੱਲੇ। 15 ਦਿਨ ਬਾਅਦ ਗੇੜਾ ਲਾਉਣ ਚੱਲੇ ਆ, ਦੇਖਦੇ ਆ। ਕਾਣਾ ਗੇਰ ਕੇ ਆਏ ਤੇ ਯਾਰ ਇੱਕ ਜ਼ਿਆਦਾ ਡਾਇਆ ਦਾ। ਇੱਕ ਡਾਇਆ ਕਾ ਤੇ ਇੰਨਾ ਪੈਂਦਾ ਗੰਨਿਆਂ 'ਚ? ਗੰਨਾ ਬਾਈ ਖਰਚਾ ਬਹੁਤ ਮੰਗਦਾ ਤਾਂ ਹੁੰਦਾ। 10 ਥੈਲੇ ਖਾ ਜਾਂਦਾ ਘੱਟੋ ਘੱਟ, ਹੈ ਜਦ ਤੱਕ ਪੂਰਾ ਹੁੰਦਾ। 2-3 ਬੀਜਣ ਲੱਗੇ, 2-3 ਸਰੋਂ ਵਾ, 2-3 ਫੇਰ ਹੋਣ ਪੈ ਗਏ, 4 10 ਥੈਲੇ ਖਾ ਜਾਂਦਾ ਡਾਇਆ ਦਾ ਵੀ। ਤਾਂ ਜਾ ਕੇ ਗੰਨੇ ਨੂੰ ਕਹਿੰਦੇ ਆ ਗੰਨਾ, ਤੇ ਵਿਕ ਕੇ ਵੀ ਬਾਈ ਬਹੁਤ ਔਖਾ ਗਾ। ਇੱਧਰ ਖਾਜ ਬਹੁਤ ਹੁੰਦੀ ਇਹਦੇ ਕੋਲ। ਕਿਆ ਹੋ ਗਿਆ? ਤੇਲ ਲਾਇਆ ਕਰ। ਤੇਲ ਲਾਇਆ ਬਹੁਤ ਖਾਜ ਹੁੰਦੀ ਇਹਦੇ ਕੋਲ। ਚਲੋ ਕਰੀਓ ਚੱਲ। ਊਂ ਤਾਂ ਸਾਫ ਹੋ ਗਿਆ। ਕੋਈ ਮਸ਼ੀਨ ਜੀ ਚਾਹੀਦੀ ਆ ਜਿਹੜੀ ਲੱਗੀ ਰਹੇ ਉਰੇ। ਉਹਨੇ ਜ਼ਖਮ ਭਰਨੇ ਫਿਰ? ਨਹੀਂ, ਪੋਲੀ ਪੋਲੀ ਜੀ ਹੋਵੇ ਕੋਈ, ਐਂ ਕਰੀ ਜਾਵੇ। ਆਰਾਮ ਬਹੁਤ ਆਉਂਦਾ ਖਾਜ ਕਰਾ ਕੇ। ਚੱਲ ਕੋਈ ਨਹੀਂ, ਹੋਇਆ ਨਾ। ਪਹੁੰਚ ਗਏ ਬਾਈ ਜੱਗੇ ਵਾਲੇ ਦੇ ਗੰਨੇ ਦੇ ਖੇਤ ਵਿੱਚ। ਜੱਗੇ ਦੇ ਗੰਨੇ ਦੇ ਖੇਤ? ਹਾਂ ਦੱਸ ਪੂਰੀ ਬਾਈ, ਹੁਣ ਸਰੋਂ ਨੇ ਦੱਬਿਆ ਵੀ ਇਹ? ਨਾ ਗੰਨਾ ਤਾਂ ਠੀਕ ਆ। ਠੀਕ ਹੈ। ਹਾਂ ਜੱਗੇ ਗੜਾਈ ਗੜੂਈ ਦੀ ਲੋੜ? ਕਾਸੇ ਦੀ ਲੋੜ? ਸਪਰੇਅ ਦੀ ਲੋੜ ਕੋਈ ਹੁਣ ਨਹੀਂ। ਹਾਂ ਚੱਲ ਜੀ ਪੂਰੀ, ਇੱਦਾਂ ਚੱਲ ਜਾਣਾ। ਕਰਤੀ ਸਪਰੇ ਕੋਈ ਚੋਰੀ ਚੋਰੀ ਲੱਗਦਾ ਮੈਨੂੰ, ਵਿੱਚ ਮਰਿਆ ਪੈ ਜਾਗਾ ਮਿੰਟ ਜਾ। ਸੁੰਡੀ ਪੂਰੀ ਤੂੰ ਲੱਭ ਲੂਗਾ? ਪਹਿਲਾਂ ਦਾ ਖਾਧਾ ਹੈਗਾ, ਹੁਣ ਦਾ ਨਹੀਂ ਹੈਗਾ। ਜੇ ਹੁਣ ਦਾ ਹੁੰਦਾ ਨਾ ਫਿਰ ਆਹ ਕੁੰਬਲਾਂ ਹੀ ਆ ਜਿਹੜੀਆਂ। ਅਗਲਾ ਦੇਖਿਆ ਜਿਹੜਾ ਸੁੱਕਿਆ ਪਿਆ? ਕਿਹੜਾ? ਆਹਦਾ ਪੱਤਾ ਹੈ, ਪੱਤੇ ਪੇ ਦਵਾਈ ਨਹੀਂ ਅਸਰ ਕਰਿਆ ਉਹਦਾ। ਕੋਈ ਚੱਕਰ ਨਹੀਂ, ਇਹ ਕਿ ਰੌਣਕ ਜੀ ਨਹੀਂ ਦੇਖਣਾ, ਭਰਿਆ ਪਾ ਹੋਣਾ ਚਾਹੀਦਾ। ਮੁੰਡਾ ਹੁੰਦਾ ਉਹ? ਮੁੰਡਾ ਜ਼ਿਆਦਾ ਹੁੰਦਾ? ਮੁੰਡਾ ਹੁੰਦਾ। ਹਾਂ ਉਹ ਦੇਖਦਾ ਵੀ ਮੈਂ ਗੰਨਾ, ਦੱਸਦਾ ਵੀ ਮੈਂ ਗੰਨਾ। ਇਹ ਤਾਂ ਹਾਲੇ ਖਾਲੀ ਖਾਲੀ ਆ। ਇਹ ਕਹਾਂ ਜਾ ਕੇ ਮਲਣਾ ਉਹਨੇ ਇਹਨੇ? ਹਾਂ ਇਹਨੇ ਇੱਕ ਨਹੀਂ ਰਹਿਣਾ ਇਹਨੇ। ਕਿੰਨੇ ਟਾਈਮ ਤੱਕ? ਬਰਸਾਤ 'ਚ ਜਾ ਕੇ ਮਲਦਾ ਫਿਰ ਦੇਖੀਦਾ। ਫਿਰ ਤਾਂ ਐ ਹੁੰਦਾ ਵੀ ਆਇਓ ਮੇਰਾ ਮਲ ਗਿਆ, ਉਹ ਜ਼ਿਆਦਾ ਰੇਹ ਪੈ ਗਿਆ ਵੀ ਗਿਰ ਨਾ ਜਾਵੇ। ਗਿਰ ਜਾਂਦਾ ਨਾ ਜ਼ਿਆਦਾ? ਹਾਂ ਹੁਣ ਨਹੀਂ ਇਹਨੇ ਇੰਨੇ ਹੋਣਾ ਤੁਰਨਾ ਹੈ, ਇਹਨੇ ਤਾਂ ਆਪਾਂ ਰੇਹ ਮਿੱਟੀਆਂ ਨਾਲ ਤੋੜਦੇ ਹਾਂ। ਪੂਰੀ ਤੈਂ ਆਪਣੇ ਗੰਨੇ ਜੋਖਾ ਤਾਂ ਨਹੀਂ ਮਾਰੇ ਕੱਟ ਰਹੀ ਆ? ਕਿਹੜਾ ਕੱਟ? ਬਾਕੀ ਬਾਈ ਮੀਂਹ ਪਈ ਜਾਂਦਾ, ਇਹ ਜਿੰਨੀ ਕੁ ਲੋੜ ਆ ਗੰਨੇ ਨੂੰ ਠੀਕ ਹੈ, ਨਹੀਂ ਜੱਗੇ ਨੂੰ ਪੈ ਵਜਾ ਲੈ ਕੇ ਆਉਣਾ ਪੈਂਦਾ ਰਿਹਾ। ਫਾਇਦਾ ਪੁੱਟੂਗਾ ਹੈ।
वैसे हुण भी जगह कई जगह दो दो रखे हो गए हौली हौली इन्हें चलना पांच पांच हो जी पूरी पूरी कहना मेनू ना लेके जाओ गड्डी कहना मेरे स्प्रे का मुस्क मार जगह कहना असि कि बहुत लैन ला जो लदे फिर दवाई छिड़कते रहे तक सानू तो कोई मुश्किल नहीं आई ਆਏ ਤਾਂ ਪੂਰੀ ਕਰੰਟ ਵਾਲੀ ਦਵਾਈ ਕਰਕੇ ਆਇਆ ਪੂਰੀ ਡਬਲ ਦਵਾਈ ਕਰੀ ਆ ਹੂੰ ਵਧੀਆ ਏ ਬਾਕੀ ਚੱਲਦੇ ਪਿੰਡ ਨੂੰ ਬਾਈ ਹੁਣ ਪਿੰਡ ਦੇਖਦੇ ਮੋਟਰ ਪਰ ਕਾਰਵਾਈ ਕਿਆ ਹੁੰਦੀ ਹੈ ਕੀ ਕਰ ਪਨੀਰੀ ਪਨੀਰੀ ਵੇਚਣੀ ਸਰ ਜੀ ਕਰਨ ਅੱਜ ਦੇਖਦੇ ਕਿਹੜੀ ਬੋਤਲ ਆਉਂਦੀ ਫੈਂਟੇ ਦੀ ਕੋਈ ਕੋਕ ਦੀ ਅੱਛਾ ਪਨੀਰੀ ਵੇਚਣੇ ਆ ਨਾ ਇਹਦਾ ਕੀ ਪਾਲਟੀ ਅੱਜ ਇਹਦਾ ਕਹਿੰਦੇ ਨਾਲ ਕਹਿੰਦੇ ਲੱਡੂਆਂ ਟੱਪਾ ਲੈ ਆਉਂਗਾ ਚੱਲ ਦੇਖਦੇ ਕਰਦੇ ਇਹ ਫਿਰ ਅਰਦਾਸ ਕਰਦੇ ਆ ਨਾ ਹਾਂ ਇਹਨਾਂ ਸਾਰਿਆਂ ਨੇ ਖੜ ਜਾਣਾ ਫਿਰ ਅਰਦਾਸ ਦੇਖਦੇ ਹੁਣ ਬਾਈ ਕੀ ਲਿਆਉਂਦਾ ਪੂਰੀ ਬੌਖੀ ਜੰਮੀ ਦੂਏ ਦੀ ਇਹ ਦਿਨ ਜਾ ਕੇ ਇੱਕ ਨੇ ਜੰਮੀ ਇੱਕ ਨੇ ਜੰਮੀ चलिए नेत्र बाई ने लई भी ठेके पर बापू उ बैठे करता था जर दी सट लगी बेचारा हुण भी घरे रह गया नहीं डेली आउंदा देख लै जे दो गेड़े सवेर शाम इधर काले दे बापू वाली दूर जाने की लोड़ नहीं है अगे आ भी खेत रेंदे काले वाहनू है ना हाले ਇਕਣੀ ਬੁੱਟੀ ਹੋਈ ਵੀ ਹੈ ਨਹੀਂ ਬਾਉ ਨਹੀਂ ਜਾਂਦਾ ਜੱਗੇ ਤੇਰੇ ਵੀ ਮੈਂ ਕਹਿੰਦਾ ਰਹਿੰਦੇ ਪਰੇ ਵਾਲੇ ਖੇਤ ਰਹਿੰਦੇ ਜਾਂਦੇ ਤਾਂ ਬਹੁਤ ਤੇ ਪਏ ਆ ਰਹਿੰਦੇ ਆ ਹਾਂ ਹਾਂ ਰਹਿੰਦੇ ਆ ਵੱਡ ਵੀ ਨਹੀਂ ਫੁੱਕਿਆ ਮੈਂ ਕਹਿੰਦਾ ਜਿਹੜੇ ਨੇ ਵਾਏ ਵੀ ਉਹਨਾਂ ਚ ਵੀ ਤੇ ਕੱਖ ਜੰਮਣੇ ਆ ਕੱਖ ਜੰਮਿਆ ਪੂਰੀ ਨੇ ਵਾਗੇ ਰੇ ਪਾਗੇ ਛੱਡੇ ਵੇ ਆ ਇਹ ਕੱਖ ਜੰਮੇ ਇਹਨਾਂ ਦਾ ਹਾਂ ਚਲ ਫੇਰ ਬਾਅਦ ਕੱਖ ਜੰਮੇ ਆ ਅੱਜ ਦਾ ਧੁੱਪ ਬਾਈ ਪੂਰੀ ਕਰੰਟ ਵਾਲੀ ਹੈ ਹਾਂ ਕਣਕ ਜਗੇ ਗਿਰੀ ਗਿਰੀ ਵੀ ਕਰਕੇ ਮਾੜੀ ਮੋਟੀ ਝੜ ਗਈ ਮਾੜੀ ਮੋਟੀ ਝੜੀ ਆ ਕਣਕ ਮਾੜੀ ਮੋਟੀ ਨਹੀਂ ਖਾਸੀ ਝੜੀ ਕਣਕ ਪੂਰੀ ਬਾਈ ਸਰਵਾ ਕਰਨ ਆਇਆ ਮੀਂਹ ਤੇ ਬਾਦਮਾ ਕਹਿੰਦੇ ਜੱਗੇ ਦੇ ਪਨੀਰ ਜਾਂ ਹਾਂ ਓਕੇ ਪੂਰੀ ਇੱਕ ਪੁੰਨ ਘੱਟ ਲੈ ਯਾਰ ਹਾਂ ਸਾਡੀ ਵੀ ਬਜਾਦਾ ਪੁੰਨ ਬੰਦ ਘੱਟ ਮੰਨੂ ਵੀ ਦਿਖਾ ਦੋਗੇ ਨਾ ਲੈ ਜਾ ਕੇ ਉੱਥੇ ਕਿੱਥੇ ਇੱਥੇ ਬਾਈ ਹੁਣ ਤੁਰ ਕੇ ਆ ਜਾ ਇਹ ਦੇਖਣੀ ਆ ਗੱਡੀ ਲਿਆ ਕਹਿੰਦਾ ਗੱਡੀ ਲਿਆ ਵਿੱਚ ਪੂਰੀ ਬਾਈ ਹਾਂ ये पानी कटना है पनीरी दा भाई बढ़िया जमगी जगे दी बढ़िया जमगी बाकी बारिश हो ली यार पर मीह पै लिया ना पूरी बाकी आ साडा सी बीजनी रूटावीटर मारे पे जे पूरी पुन खटूगा ता बीज होनी नहीं नहीं हां होने लिया होने बीज होने ओ ता करी नहीं हले पूरी पानी च भयोई ता है नहीं एकणी बीज देनी है सुक्की ओ ले ले बहुत जमदी आ नवा तरीका सही ले नवा सीधी बिजाई ਲੈ ਜੱਗਾ ਗੱਡੀ ਚ ਬੈਠਾ ਸਲਾਹ ਦੇਈ ਜਾਂਦਾ ਪਾਣੀ ਛੱਡ ਦੋ ਐ ਕਰ ਦੋ ਕਰੋਗੇ ਕਰੋਗੇ ਜੱਗੇ ਕਰੋਗੇ ਆ ਸਾਈਡ ਬੀਜਣੀ ਐ ਕਿਆ ਕਹਿਦਾ ਪੂਰੀ ਕਹਿੰਦਾ ਜੁਲਾਈ ਚ ਵੀ ਜੂਨ ਦਾ ਵੀ ਨਿਕਲੀ ਟੈਨਸ਼ਨ ਆ ਲੈ ਜੱਗੇ ਜੂਨ ਜੁਲਾਈ ਗਾ ਤਾਂ ਸਾਰੇ ਫੜੇ ਜਾਣਗੇ ਸਭ ਫੜੇ ਜਾਣਗੇ ਹਾਂ ਕੌਣ ਜੱਗੇ ਦਾ ਬਾਪੂ ਵੀ ਆ ਗਿਆ ਵਲੀਰੀ ਦੇਖਣ ਸਬਰ ਨਹੀਂ ਹੋਇਆ ਜੱਗੇ ਨੂੰ ਮਲਾ ਕੇ ਲਿਆਉਂਦੇ ਸਾਨੂੰ ਠੀਕ ਹੈ ਪਾਣੀ ਉਹ ਬਹੁਤ ਆ ਮੀਂਹ ਬਹੁਤ ਪੈ ਗਿਆ ਤੂੰ ਇਕੱਠੀ ਨਹੀਂ ਹੋਈ ਹੈਗੀ ਜਮੀਨੀ ਤੇਰੀ ਵਧੀਆ ਹੈ ਹਾਂ ਸਵਾ ਸੰਤੋਖ ਹੈ ਨਹੀਂ ਭਾਈ ਪਨੀਰੀ ਦੇਖੇ ਬਿਨਾਂ ਜੀ ਨਹੀਂ ਲੱਗਦਾ ਹਾਂ ਕਿੰਨਾ ਝਾੜ ਲੈਣਾ ਝਾੜ ਤਾਂ ਮਹਾਰਾਜ ਨੇ ਦੇਣਾ ਜੋ ਕਿਸਮਤ ਚ ਹੋਇਆ ਉਹ ਤਾਂ ਆ ਜਾਣਾ ਕੋਲ ਜਾ ਕੇ ਦੇਖਣੀ ਹੈ ਕੋਲ ਜਾ ਕੇ ਦਿਖਾ ਲ ਵਧੀਆ ਗੱਲ ਆ ਤੂੰ ਆ ਤਾਈਆਂ ਹੀ ਆ ਛਾਲਣਾ ਲੈਣੇ ਚੱਲੇ ਹਾਂ पूरी ने हिम्मत मार के कढ़ता ठीक है पूरी तू अपनी बारे भी दस दे ठीक है रौनक जी हो गई मड़ी हां फिर तो ठीक है खाली है देखदा लागी हरियाई बजन।
ਕਰ ਦਿਆ ਕਦੂ ਫਿਰ ਹਾਂ ਹਾਂ ਲਿਆ ਸਿੱਧੀ ਵੀ ਜਾਈਓ ਕਰਦੀ ਅਸੀਂ ਸਿੱਧੀ ਦੇ ਚੱਕ ਲਿਆ ਵੀ ਫਿਰ ਟਾਈਮ ਨਹੀਂ ਸਾਡੇ ਕੋਲ ਲੋਈਏ ਲਾ ਦੇਣੇ ਨਹੀਂ ਬੈਠ ਕੇ ਹਾਂ ਉਹ ਦੇਖ ਲੈ ਪੂਰੀ ਯਾਰ ਜਤਿੰਦਰ ਦੀ ਪਨੀਰੀ ਵੇਚਣੀ ਪਤਾ ਨਹੀਂ ਕਿਹਦਾ 5 ਕਿਲੋ ਵੀ ਮੈਂ ਪੂਰੀ ਉਹਨੂੰ ਦੇ ਦੇਣਾ ਛੱਬੀ ਆ ਜੀ ਦੂੰਗੇ ਹਾਂ ਜੀ ਦੂੰਗੇ ਹੈਗੇ ਕਹਿੰਦਾ ਉਹਨੇ ਵੇਚਣੀ ਆ ਕਹਿੰਦਾ ਹੁਣ ਮੇਰੇ ਦਾ ਫਿਰ ਅੱਗੇ ਪਿੱਛੇ ਬਹੁਤ ਹੋ ਜਾਣੀ ਕਿ ਨਹੀਂ 5 ਕਿਲੋ ਕੇ ਸਰ ਜੂਗੇ 4 ਵੀਗੇ ਜਗੇ ਹਾਂ 6 ਕਿਲੋ ਨਾਲ 4 ਵੀਗੇ ਹਾਂ 3 ਕਿਲੋ ਹੀ ਬਹੁਤ ਆ ਮੈਂ 3 ਕਿਲੋ ਵੀ ਕਿੰਨੀ ਜਗਾ ਤਾਂ ਜੰਮਦਾ ਵੀ ਨਹੀਂ ਨਾ ਹੈਗਾ ਵਿੱਚ ਤਾਂ 5 ਬੀਜ ਲੂਗੇ ਇੱਕ ਹਾਂ ਵੀਰੇ ਕਿਸੇ ਹੋਰ ਦੇ ਕੰਮ ਆ ਜੂਗੀ ਚੱਲਦੀ ਚਾਰਵਾਂ ਹਾਂ ਬੁਰੀ ਜਗੇ ਸੀਸੀਟੀ ਕੈਮਰੇ ਬਹੁਤ ਆ ਮੋਟਰ ਵਾ ਟੈਨਸ਼ਨ ਨਹੀਂ ਲੈਣੀ ਕੋਈ ਗੈਂ ਬੱਚਾ ਕੱਟਾ ਕੁਝ ਨਹੀਂ ਆਉਣਾ ਠੀਕ ਆ ਬਾਈ ਹਾਂ ਬਸ ਵੇਦਾ ਕੁੱਤੇ ਭਜਾਉਣੇ ਨੂੰ ਬੈਠਾ ਬਾ ਠੀਕ ਆ ਮੈਂ ਦੱਸਿਆ ਬਈ ਉਹਦੇ ਕੈਮਰੇ ਬਾਈ ਪੂਰੇ ਸੀਸੀਟੀ बाकी टेंशन वाले तू मोटर पर कुछ नहीं आता साहा बिल्ला कुत्ता कुछ नहीं आता रस्सी ला दो यार एक लानी पैनी भाई रस्सी ला दो कहता चिड़ी बैठती है अच्छा डंडे ला दो डिस्को ला दो गया दोबारा पानी पैनी जगे होर छड्ड जगे खाल खुल मैं जानी फिर ओडे भी गिर जाते हैं तैयार है मोटर पर बंदे बहुत आंदे जी मोटर पर ही लगता पट ठीक है पट ठीक है वाह मैं तो लग जाने 2 घंटे का जानो ऊपर दे जे नहीं सीधा मथा टेक के चली अच्छा 10वीं करके 10वीं भाई ने जाना था भाई कहने गड्डी लेके गया और सर्विस काम मैं मोबाइल के मखे ते राजे ने बापू की दिया पूरी तेरी तो बहुत निगाह यार तेरी तो कबूतर वाली निगाह तेरे बंदा नहीं पहचान होया कपड़े चिट्टे पाए वो चिट्टे कपड़े पाके रख दा बड़ा भरना अरे इधर भाई भी चिट्टा ही बने अज अरे भाई दा बेड़ा भरना वडे पे उधर भाई जमे प्योर वाइट बने पे प्योर चिट्टा मैं खोल के आ गया चिट्टे मेरे ऊपर ते आया ये फोन आया मैं पहला आ गया वर्दी बात बात की बात